ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਅਕਾਲੀ ਦਲ ਦੇ ਸੀਨੀਅਰ ਨੇਤਾ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਇਤਿਹਾਸ ਦੀ ਕਿਤਾਬ 'ਚ ਸਿੱਖ ਇਤਿਹਾਸ ਨੂੰ ਗਲਤ ਰੂਪ ਦੇਣ ਦੇ ਮਾਮਲੇ 'ਤੇ ਸਿੱਖਿਆ ਮੰਤਰੀ ਓਪੀ ਸੋਨੀ ਸਮੇਤ ਸਿੱਖਿਆ ਵਿਭਾਗ ਦੇ ਸਕੱਤਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ 'ਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਅਜਿਹੀ ਗਲਤੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਸਭ ਨੂੰ ਪਤਾ ਹੈ ਕਿ ਕੁਛ ਮਹੀਨੇ ਪਹਿਲਾਂ ਪੰਜਾਬ ਸਰਕਾਰ ਨੇ ਇੱਕ ਫੈਸਲਾ ਲੈ ਕੇ 12ਵੀਂ ਕਲਾਸ ਵਿੱਚੋਂ ਸਿੱਖ ਇਤਿਹਾਸ ਨੂੰ ਵਿਡਰਾਅ ਕਰ ਲਿਆ ਸੀ ਤੇ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਇਹ ਇਤਿਹਾਸ 11ਵੀਂ ਚ ਲਾਉਣਾ, ਪਰ ਜਦੋਂ ਦੇਖਿਆ ਕਿ 11ਵੀਂ ਲਈ ਜਿਹੜਾ ਉਹਨਾਂ ਨੇ ਬਣਾਇਆ ਸੀ ਚੈਪਟਰ ਚ ਉਹ 197 ਸਫੇ ਕੱਟ ਕੇ ਕੁੱਲ 23 ਸਫਿਆਂ ਵਿੱਚ ਉਹਨਾਂ ਨੇ ਮੁਕਾਤਾ ਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੇ ਕਈ ਸਿੱਖ ਅਦਾਰਿਆਂ ਨੇ ਉਹਦਾ ਵਿਰੋਧ ਕੀਤਾ, ਜਿਹਦਾ ਨਤੀਜਾ ਹੋਇਆ ਕਿ ਗੌਰਮੈਂਟ ਨੇ ਆਪਣਾ ਫੈਸਲਾ ਬਦਲ ਲਿਆ ਤੇ ਉਨ੍ਹਾਂ ਨੇ ਫੈਸਲਾ ਬਦਲਣ ਤੋਂ ਬਾਅਦ ਇਹ ਕਹਿ ਦਿੱਤਾ ਕਿ ਜਿੰਨਾ ਚਿਰ ਨਵਾਂ ਸਿਲੇਬਸ ਤੈਅ ਨਹੀਂ ਹੁੰਦਾ ਉਨੀ ਦੇਰ ਪੁਰਾਣੀ ਇਤਿਹਾਸ ਦੀ ਕਿਤਾਬ ਪੜ੍ਹਾਈ ਜਾਊ। ਨਾਲ ਹੀ ਉਨ੍ਹਾਂ ਨੇ ਇੱਕ ਨਵਾਂ ਸਿਲੇਬਸ ਤੈਅ ਕਰਨ ਲਈ ਸਿੱਖ ਵਿਦਵਾਨਾਂ ਦੀ ਕਮੇਟੀ ਬਣਾਈ, ਉਹ ਕਮੇਟੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਵੈਲਕਮ ਕੀਤਾ ਤੇ ਅਕਾਲੀ ਦਲ ਨੇ ਵੀ ਵੈਲਕਮ ਕੀਤਾ। ਦੋ ਨੁਮਾਇੰਦੇ ਉਹਦੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਦਿੱਤੇ ਗਏ, ਪਰ ਅਫਸੋਸ ਕਿ ਉਹ ਜਿਹੜਾ ਨਵੇਂ ਸਿੱਖ ਹਿਸਟੋਰੀਅਨ ਦਾ ਪੈਨਲ ਬਣਾਇਆ ਉਹ ਪੈਨਲ ਨੂੰ ਬੇਵੱਸ ਕਰਕੇ ਪੰਜਾਬ ਦੀ ਸਰਕਾਰ ਨੇ ਕਾਂਗਰਸ ਦੀ ਗਿਣੀ ਮਿਥੀ ਸਾਜਿਸ਼ ਤਹਿਤ ਸਿੱਖ ਹਿਸਟਰੀ ਨੂੰ ਢਾ ਲਾਉਣ ਲਈ, ਸਿੱਖ ਹਿਸਟਰੀ ਨੂੰ ਡਿਸਟੋਰਟ ਕਰਨ ਲਈ, ਗੁਰੂ ਸਾਹਿਬਾਨ ਦੀ ਕੀਤੀ ਹੋਈ ਕੁਰਬਾਨੀ ਨੂੰ ਨੀਵਾਂ ਦਿਖਾਉਣ ਲਈ, ਗੁਰੂ ਸਾਹਿਬ ਵੱਲੋਂ ਨੇਸ਼ਨ ਬਿਲਡਿੰਗ ਵਿਚ ਪਾਏ ਯੋਗਦਾਨ ਨੂੰ ਖਤਮ ਕਰਨ ਲਈ ਬਹੁਤ ਗਲਤ ਇਤਿਹਾਸ ਲਿਖ ਕੇ ਘਟੀਆ ਸ਼ਬਦਾਵਲੀ ਵਰਤੀ। ਤੁਸੀਂ ਇੱਥੇ ਤੱਕ ਹੈਰਾਨ ਹੋਵੋਗੇ ਕਿ ਜਿਹੜੇ ਬੰਦੇ ਨੂੰ ਵੀ ਸਿੱਖ ਹਿਸਟਰੀ ਬਾਰੇ ਥੋੜਾ ਜਿਹਾ ਪਤਾ ਜਾਂ ਪੰਜਾਬ ਦੀ ਹਿਸਟਰੀ ਬਾਰੇ ਪਤਾ ਉਹ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦਾ ਕਿ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਦੀ ਸ਼ਹਾਦਤ ਤੱਤੀਆਂ ਤਵੀਆਂ ਤੇ ਬਿਠਾ ਕੇ ਸੀਸ ਵਿਚ ਰੇਤ ਪਾ ਕੇ ਗਰਮ ਪਾਣੀ ਪਾ ਕੇ ਉਸ ਵੇਲੇ ਦੇ ਮੁਗਲ ਹਾਕਮ ਵੱਲੋਂ ਕੀਤੀ ਗਈ, ਪਰ ਇਹ ਹਿਸਟੋਰੀਅਨ ਲਿਖਣ ਲੱਗੇ ਕੀ ਕਹਿ ਰਹੇ ਨੇ ਕਿ ਗੁਰੂ ਸਾਹਿਬ ਨੂੰ ਤਾਂ ਸਜ਼ਾਏ ਮੌਤ ਹੀ ਨਹੀਂ ਸੀ ਜਹਾਂਗੀਰ ਨੇ ਦਿੱਤੀ, ਉਨ੍ਹਾਂ ਨੂੰ ਤਾਂ ਕੇਵਲ ਜੁਰਮਾਨਾ ਹੀ ਕੀਤਾ ਸੀ। ਉਨ੍ਹਾਂ ਦੀ ਸ਼ਹਾਦਤ ਬਾਰੇ ਕੋਈ ਸਾਨੂੰ ਇਤਿਹਾਸ ਚੋਂ ਸਬੂਤ ਨਹੀਂ ਲੱਭ ਰਿਹਾ, ਮਤਲਬ ਗੁਰੂ ਸਾਹਿਬ ਨੂੰ ਜਿਨ੍ਹਾਂ ਨੂੰ ਹਰ ਸਿੱਖ ਅਰਦਾਸ ਕਰਨ ਲੱਗੇ ਸ਼ਹੀਦਾਂ ਦੇ ਸਰਤਾਜ ਕਹਿ ਕੇ ਮੁਖਾਤਿਬ ਕਰਦਾ ਹੈਗਾ ਉਹ ਸ਼ਹਾਦਤ ਨੂੰ ਮਟੇ ਦਿੱਤਾ। ਫਿਰ ਇਸ ਗੱਲ ਦੀ ਸਪੋਰਟ ਵਿਚ ਉਹ ਕੋਰੋਬਰੇਸ਼ਨ ਲਈ ਉਹ ਕੀ ਕਹਿੰਦੇ ਆ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ ਵਿਚਿੱਤਰ ਨਾਟਕ ਵਿਚ ਜਦ ਜ਼ਿਕਰ ਕੀਤਾ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਜ਼ਿਕਰ ਨਹੀਂ ਕੀਤਾ ਤੇ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਜ਼ਿਕਰ ਕੀਤਾ, ਇਸ ਤੋਂ ਇਹ ਵੀ ਤਸਦੀਕ ਹੁੰਦਾ ਕਿ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਨਹੀਂ ਹੋਈ ਤਾਂ ਹੀ ਦਸਵੇਂ ਪਾਤਸ਼ਾਹ ਨੇ ਲਿਖੀ। ਦੇਖੋ ਗੁਰੂ ਸਾਹਿਬ ਨੇ ਵਿਚਿੱਤਰ ਨਾਟਕ ਵਿਚ ਆਪਣੇ ਰੀਸੈਂਟ ਵਾਕੇ ਨੂੰ ਜਿਹੜਾ ਉਨ੍ਹਾਂ ਦੇ ਦੁਨਿਆਵੀ ਤੌਰ ਤੇ ਪਿਤਾ ਨੇ ਹੰਡਾਇਆ ਉਹਦਾ ਜੇ ਜ਼ਿਕਰ ਕਰ ਦਿੱਤਾ ਤੇ ਦੂਸਰੇ ਦਾ ਨਹੀਂ ਕੀਤਾ ਤੇ ਮਤਲਬ ਉਹ ਫੈਕਟ ਐਗਜ਼ਿਸਟ ਨਹੀਂ ਕਰਦਾ। ਫਿਰ ਸਭ ਤੋਂ ਘਟੀਆ ਗੱਲ ਜਿਹੜੀ ਇਹਨਾਂ ਨੇ ਇਤਿਹਾਸ ਬਦਲਣ ਵੇਲੇ ਲਿਖੀ ਗਈ, ਗੁਰੂ ਸਾਹਿਬ ਦੇ ਅਲੋਪ ਹੋਣ ਤੇ, ਗੁਰੂ ਸਾਹਿਬ ਦੇ ਸੱਚਖੰਡ ਜਾਣ ਤੇ ਗੁਰੂ ਸਾਹਿਬ ਨੂੰ ਇਨ੍ਹਾਂ ਨੇ ਲਫ਼ਜ਼ ਮਰ ਜਾਣ ਦਾ ਕਿਹਾ ਕਿ ਗੁਰੂ ਸਾਹਿਬ ਜਦ ਬਜਾਏ ਕਹਿਣ ਕਿ ਜੋਤੀ ਜੋਤ ਸਮਾਏ ਜਾਂ ਅਲੋਪ ਹੋਏ, ਕਹਿੰਦਾ ਜਦ ਮਰ ਗਏ ਤੇ ਉਨ੍ਹਾਂ ਨੇ ਆਪਣੇ ਵਾਰਿਸ ਨਾਮ ਯਾਦ ਕਰ ਦਿੱਤੇ। ਸਭ ਤੋਂ ਘਟੀਆ ਗੱਲ ਜਿਹੜੀ ਇਹ ਇਤਿਹਾਸਕਾਰਾਂ ਨੇ ਇਹ ਕੀਤੀ ਕਿ ਦਸਮ ਪਾਤਸ਼ਾਹ ਦੇ ਬਾਰੇ ਜ਼ਿਕਰ ਕਰਦੇ ਇਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬ ਨੇ ਆਪਣੇ ਗ੍ਰੰਥ ਦਸਮ ਗ੍ਰੰਥ ਨੂੰ ਡਿਸਟਿੰਕਟ ਰੱਖਣ ਲਈ ਇਹਨੂੰ ਆਦਿ ਗ੍ਰੰਥ ਦਾ ਨਾਂ ਦਿੱਤਾ, ਗੁਰੂ ਗ੍ਰੰਥ ਸਾਹਿਬ ਤਾਂ ਸਿੱਖ ਬਾਅਦ ਚ ਕਹਿਣ ਲੱਗ ਪਏ ਤੇ ਪੰਜਾਬ ਸਰਕਾਰ ਦੇ ਐਜੂਕੇਸ਼ਨ ਮੰਤਰੀ, ਸੈਕਟਰੀ ਐਜੂਕੇਸ਼ਨ ਤੇ ਸਕੂਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਤੇ 295 ਦਫਾ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦਾ ਰਜਿਸਟਰ ਕਰਕੇ ਉਨ੍ਹਾਂ ਦੀ ਟ੍ਰਾਇਲ ਕੀਤੀ ਜਾਵੇ। ਗਰੇਵਾਲ ਨੇ ਮਹਿਲਾ ਅਧਿਕਾਰੀ ਨੂੰ ਅਸ਼ਲੀਲ ਮੈਸੇਜ ਭੇਜਣ ਦੇ ਮਾਮਲੇ 'ਚ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਹਮਲਾ ਬੋਲਦੇ ਹੋਏ ਕਿਹਾ ਕਿ ਪੰਜਾਬ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਚੰਨੀ ਦਾ ਬਚਾਅ ਕਰਦੇ ਹੋਏ ਇਹ ਭੁੱਲ ਗਈ ਕਿ ਉਹ ਵੀ ਇੱਕ ਔਰਤ ਹੈ। ਉਨ੍ਹਾਂ ਕਿਹਾ ਕਿ ਚੰਨੀ ਤੇ ਕੇਸ ਦਰਜ ਹੋਣਾ ਚਾਹੀਦਾ ਤੇ ਉਸ ਨੂੰ ਕੈਬਨਿਟ 'ਚੋਂ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ। ਪੰਜਾਬ ਦੇ ਟੈਕਨੀਕਲ ਐਜੂਕੇਸ਼ਨ ਮਿਨਿਸਟਰ ਦਾ ਸੈਕਸ਼ੁਅਲ ਹੈਰਸਮੈਂਟ ਦਾ ਮਾਮਲਾ ਅਖਬਾਰਾਂ 'ਚ ਆ ਰਿਹਾ, ਉਸ ਮਾਮਲੇ ਨੂੰ ਮੈਂ ਦੁਹਰਾਉਂਦਾ ਨਹੀਂ, ਮੈਂ ਉੱਥੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਕਿ ਬੜੇ ਦੁੱਖ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਕਿ ਕਾਂਗਰਸ ਦੀ ਪੰਜਾਬ ਦੀ ਪ੍ਰਭਾਰੀ ਆਸ਼ਾ ਕੁਮਾਰੀ ਨੇ ਅੱਜ
ਚਰਨਜੀਤ ਦੇ ਐਕਟ ਨੂੰ ਜਸਟੀਫਾਈ ਕੀਤਾ। ਉਹ ਕਹਿੰਦਾ ਕਿ ਕਹਿੰਦੀ ਹੈ ਕਿਸੇ ਨੂੰ ਗਲਤ ਟੈਕਸਟ ਮੈਸੇਜ ਭੇਜਣਾ ਸੈਕਸੁਅਲ ਹੈਰੈਸਮੈਂਟ ਨਹੀਂ ਬਣਦੀ। ਮੈਂ ਬੀਬੀ ਆਸ਼ਾ ਕੁਮਾਰੀ ਜੀ ਨੂੰ ਪੁੱਛਦਾ ਕਿ ਬੀਬੀ ਜੀ ਕਾਂਗਰਸੀ ਤੁਸੀਂ ਬਾਅਦ ਚੋਂ ਇੱਕ ਔਰਤ ਹੋ, ਕੀ ਤੁਹਾਨੂੰ ਨਾਰੀ ਦੇ ਸਨਮਾਨ ਲਈ ਇੰਨੀ ਹੀ ਕਦਰ ਹੈ? ਇੱਕ ਪਾਰਟੀ ਦੇ ਇੱਕ ਕਾਰਕੁਨ ਨੂੰ ਬਚਾਉਣ ਲਈ ਤੁਸੀਂ ਐਡਾ ਵੱਡਾ ਗੁਨਾਹ ਕਰ ਰਹੇ ਹੋ। ਤੇ ਮੈਂ ਇਹ ਵੀ ਪੁੱਛਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਨੇ ਐਮਜੇ ਅਕਬਰ ਜਾਂ ਆਮ ਆਦਮੀ ਪਾਰਟੀ ਦੇ ਬੰਦੇ ਜਦ ਇਹਨਾਂ ਗੱਲਾਂ ਚੜੇ ਤਾਂ ਉਨ੍ਹਾਂ ਦੇ ਅਸਤੀਫੇ ਕਿਉਂ ਮੰਗੇ ਤੇ ਆਪਣੇ ਵੇਲੇ ਅਸਤੀਫਾ ਦੇਣੇ ਕਿਉਂ ਭੱਜ ਰਹੇ ਨੇ? ਸਭ ਤੋਂ ਵੱਡੀ ਗੱਲ ਉਨ੍ਹਾਂ ਨੇ ਇਹ ਕਹੀ ਕਿ ਸਾਡੇ ਕੋਲ ਸ਼ਿਕਾਇਤ ਕੋਈ ਨਹੀਂ ਆਈ ਉਹਦੇ ਉਲਟ, ਕਿ ਤੁਸੀਂ ਠਾਣਾ ਜਾਂ ਐਸ ਐਸ ਪੀ ਲੱਗੇ ਹੋ ਕਿ ਤੁਹਾਡੇ ਕੋਲ ਸ਼ਿਕਾਇਤ ਆਵੇ। ਸੀਨੀਅਰ ਆਈ ਐਸ ਅਫਸਰ ਕੰਪਲੇਨਟ ਸੀ, ਉਹਨੇ ਆਪਣੇ ਚੀਫ਼ ਸੈਕਟਰੀ ਨੂੰ ਲਿਖੀ, ਚੀਫ਼ ਸੈਕਟਰੀ ਨੇ ਮੁੱਖ ਮੰਤਰੀ ਦੇ ਨੋਟਿਸ ਲਿਆਂਦੀ, ਮੁੱਖ ਮੰਤਰੀ ਅਖਬਾਰਾਂ ਦੇ ਕਹਿਣ ਮੁਤਾਬਕ ਅਪੋਲੋਜੀ ਕਰਾਈ। ਦੇਖੋ ਅਪੋਲੋਜੀ ਕਰਾ ਦੇਣਾ ਨਾ ਕਰਾ ਦੇਣਾ ਇਹ ਕੰਪਲੇਨਟ ਤੇ ਮੁਲਜ਼ਮ ਦੇ ਵਿੱਚ ਹੈ, ਪਰ ਸਮਾਜ ਵਿੱਚ ਇਹ ਪਬਲਿਕ ਫਿਗਰ ਹੈ, ਪੰਜਾਬ ਸਰਕਾਰ ਦਾ ਵਜ਼ੀਰ ਹੈ, ਪੰਜਾਬ ਵਿੱਚ ਕਦੇ ਇਹੋ ਜਿਹੇ ਵਜ਼ੀਰ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਊ ਜਿਹਦੇ ਹੁੰਦੇ ਆ ਔਰਤ ਸੇਫ ਨਹੀਂ। ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।